मेरे तीन घोड़ियां मरिया, एक मेरी मझ मरी है 2,50,000 रुपये की। पहला सानू पता ही नहीं भी साडा पानी खराब आ, आ जिदन चेक करके गए उदन सानू पता लगा भी साडा पानी खराब आ। काला पीलिया मैंने खुद न होया, मैनू चमड़ी लो रोग आ, बड़े जिन्ना दवाई खाई जाइए उन्ना चाहे आराम हो, दोबारा आराम ही नहीं आता। भाई जी तुम भी बीमार हो, पानी की वजह से ही नुकस पै गया, जो कि इन्हों की थैली लैटरिंग वाली बाहर कड़ी हुई है जी। फिर मेरा सर तो पिंडा ही उछली जाता खुरक खुरक कमलियां, तो मेरी पोती अजय पड़ोती 2 महीनों की, तो जाके पिंडा वेखो दुद्ध दुद्ध पाने पानी पाना पैंता सानू, वो फफड़िया आ गई जवाकड़ी। लीवर दी प्रॉब्लम है, कितना टाइम हो गया जी? 8-7 महीने। कोई खानी है तो नींद आंदी नहीं, आंदी नहीं। 1,00,000 रुपया ही बात है जी। किडनी खराब होने की वजह नाल जो कि मेरा हुण भी डायलिसिस हो के स्टंट पै के ते मैं इलाज चल रहा सी, तिन मेरा डायलिसिस पई है ते स्टंट होए पए। मैं आप खुद खूह वाली दवा पा के नहाना, चौथे पांचवें दिन चमड़ी खराब हो जाती है। साडे पिंड दे विच काला पीलिया कैंसर आ, लोकी डरदे मारे नहीं थोड़े कोले आ रहे, गुप्त रोग बहुत लोगों को, लोगों की जिंदगी तो नहीं, तो सरकार नूं तो पैसा होना चाहिए, लोग भला सारे मर जाण, कल्ले मलहोत्रे की फैक्टरी जरूर चाहिए इत्थे। तुसीं जाणे ना सबूत, आ जौंदे जागदे सबूत आ साडे पिंडां दे, की अज तक कोई सरकारी अदारा इन्हां दे घरां तक गया? पुछो तां मड़ सही मड़ा कोई नहीं गया बई जी, ਉਹਦੇ ਅੱਗੇ ਨਾ ਅਕਾਲੀ ਦੇ ਜਾਂ ਕਾਂਗਰਸ ਨੂੰ ਕੁੱਟਦੇ ਸੀ, ਉਹ ਹਿਸਾਬ ਕਿਤਾਬ ਨਾਲ ਕੁੱਟਦੇ ਸੀ, ਇਹ ਤਾਂ ਪੰਦਰ ਸਿੱਧੇ ਡਾਂਗਾਂ ਮਾਰੀ ਜਾਂਦੇ ਸਾਡੇ, ਇਹ ਤਾਂ ਅਸੀਂ ਬਹੁਤ ਗਲਤੀ ਕੀਤੀ ਜਿਹੜੇ ਇਹਨਾਂ ਨੂੰ ਚੁਣ ਲਿਆ। ਉਹ ਮੇਰੇ ਘਰੇ ਵੇਖੋ ਜੀ ਝੰਡਾ ਲੱਗਾ ਪਾਟਿਆ ਪਿਆ ਝੰਡਾ, ਹਾਲੇ ਤੱਕ ਮੈਂ ਲਾਇਆ ਨਹੀਂ ਆਮ ਆਦਮੀ ਪਾਰਟੀ ਦਾ, ਅਸੀਂ ਇੰਨੀ ਜਨੂਨ ਨਾਲ ਇਹਨਾਂ ਨੂੰ ਬਣਾਇਆ ਸੀ, ਪਰ ਅਸੀਂ ਤਾਂ ਹੁਣ ਆਪ ਮਜਬੂਰ ਹੋ ਗਏ ਮੂੰਹ 'ਤੇ ਲੱਫੜ ਮਾਰਨ ਵਾਲੇ। ਜਿਹੜਾ ਹੁਣ ਆਉਂਦਾ ਨਾ ਮੈਂ ਪਾਣੀ ਪੀਣਾ, ਉਹਨੂੰ ਪੁੱਛੋ ਵੀ ਕਿੰਨੇ ਬੋਰ ਤੂੰ ਕੀਤੇ ਆ, ਕਿੰਨੀਆਂ ਬੋਰਾਂ ਅਸੀਂ ਲਾਉਣ ਪਾਈ ਆ। ਸਤਿ ਸ਼੍ਰੀ ਅਕਾਲ ਜੀ, ਇੱਕ ਹੋਰ ਰਿਪੋਰਟ ਲੈ ਕੇ ਹਾਜ਼ਰ ਹੋਏ ਹਾਂ ਜੀ। ਅਸੀਂ ਜੀਰੇ ਮੋਰਚੇ ਦੀ ਗੱਲ ਕਰਦੇ ਹਾਂ। ਪਿਛਲੇ ਲਗਾਤਾਰ 5 ਮਹੀਨਿਆਂ ਤੋਂ ਲੋਕ ਸ਼ਰਾਬ ਫੈਕਟਰੀ ਦੇ ਸਾਹਮਣੇ ਬੈਠੇ ਨੇ, ਪਰ ਜੇ ਅਸੀਂ ਸਰਕਾਰ ਦਾ ਪੱਖ ਜਾਣਦੇ ਹਾਂ ਜਾਂ ਸਰਕਾਰ ਦੀਆਂ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਗੀਆਂ, ਬਹੁਤ ਸਾਰੇ ਲੋਕ ਇਹ ਵੀ ਚਰਚਾ ਦਾ ਵਿਸ਼ਾ ਬਣ ਗਿਆ ਵੀ ਇੱਥੋਂ ਸਾਨੂੰ ਸਬੂਤ ਚਾਹੀਦਾ ਗਾ ਵੀ ਕੀ ਵਾਕਿਆ ਦੇ ਵਿੱਚ ਜਿਹੜਾ ਪਾਣੀ ਖਰਾਬ ਆ ਜਾਂ ਜਿਹੜਾ ਗੰਧਲਾ ਪਾਣੀ ਥੱਲੋਂ ਨਿਕਲ ਰਿਹਾ ਹੈਗਾ ਉਹਦੇ ਨਾਲ ਲੋਕ ਬਿਮਾਰ ਹੋ ਰਹੇ ਨੇ, ਹੈਗੇ ਵੀ ਨੇ ਜਾਂ ਨਹੀਂ ਨੇ। ਹਾਲਾਂਕਿ ਜੇ ਅਸੀਂ ਵੱਖੋ ਵੱਖ ਮੀਡੀਆ ਅਦਾਰਿਆਂ ਦੀ ਗੱਲ ਕਰਦੇ ਹਾਂ ਉੱਥੇ ਵੱਖੋ ਵੱਖ ਰਿਪੋਰਟਾਂ ਪਈਆਂ ਵੀ ਆ, ਪਰ ਅੱਜ ਅਸੀਂ ਇੱਕ ਹੋਰ ਰਿਪੋਰਟ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਨਾਲ ਮਹੀਆਂਵਾਲਾ ਕਲਾਂ ਦੇ ਲੋਕ ਮੌਜੂਦ ਨੇ, ਅਸੀਂ ਪਿੰਡ ਦੇ ਵਿੱਚ ਖੜ੍ਹੇ ਹਾਂ। ਉਹ ਲੋਕ ਜਿਹੜੇ ਪਾਣੀ ਕਰਕੇ ਪੀੜਿਤ ਨੇ, ਕਿਸੇ ਨੂੰ ਸਕਿਨ ਦੀ ਐਲਰਜੀ ਆ, ਕਿਸੇ ਦਾ ਲਿਵਰ ਖਰਾਬ ਆ ਅਤੇ ਕਿਸੇ ਨੂੰ ਕੋਈ ਹੋਰ ਬਿਮਾਰੀਆਂ, ਇਹਦੇ ਵਿੱਚ ਮਰਦ ਵੀ ਨੇ ਅਤੇ ਔਰਤਾਂ ਵੀ ਆ, ਗੱਲ ਕਰਾਂਗੇ ਇਹਨਾਂ ਦੇ ਨਾਲ, ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਜਿਹੜੀ ਇਹਨਾਂ ਨੂੰ ਬਿਮਾਰੀ ਆ ਉਹ ਕਦੋਂ ਤੋਂ ਆ, ਜਾਂ ਜਿਹੜੇ ਘਰਾਂ ਦੇ ਵਿੱਚ ਲੋਕ ਹੋਰ ਬਿਮਾਰ ਪਏ ਨੇ। ਸਾਨੂੰ ਇਹ ਵੀ ਇੱਥੇ ਪਤਾ ਲੱਗਿਆ ਵੀ ਕਈ ਲੋਕ ਦੱਸ ਵੀ ਨਹੀਂ ਰਹੇ ਵੀ ਉਹ ਬਿਮਾਰ ਨੇ ਜਾਂ ਉਹਨਾਂ ਨੂੰ ਕਾਹਦੀ ਬਿਮਾਰੀ ਹੋਈ ਆ। ਬਹੁਤ ਸਾਰੀਆਂ ਪਰੇਸ਼ਾਨੀਆਂ ਆਈਆਂ, ਸਾਡੇ ਨਾਲ ਬਾਪੂ ਜੀ ਮੌਜੂਦ ਨੇ। ਪਹਿਲਾਂ ਤਾਂ ਤੁਹਾਨੂੰ ਆਹ ਗੋਲੀਆਂ ਦਿਖਾਵਾਂਗੇ ਬਾਪੂ ਜੀ, ਇਹ ਕਾਹਦੀਆਂ ਗੋਲੀਆਂ ਗੀਆਂ? ਇਹ ਪਾਣੀ ਦੀਆਂ। ਹਾਂ, ਇਹ ਸਾਡੇ ਘਰੋਂ ਸੈਂਪਲ ਭਰ ਕੇ ਲਗਾਏ ਸੀਗੇ ਅਤੇ ਸੈਂਪਲ ਦੱਸ ਕੇ ਗਏ ਆ, ਮੁੜ ਕੇ ਵੀ ਨਾ ਇਹ ਨਹਾਇਆ ਜੋ ਜੀ ਇਹ ਨਾ ਪੀਆ ਜੋ। ਹਾਂ, ਆਹ ਦੱਸ ਕੇ ਗਏ ਆ, 2 ਆਏ ਸੀ ਮੁਲਾਜ਼ਮ ਜੀ, ਉਹ ਪਾਣੀ ਲੈ ਗਏ ਮੋਟਰ ਚਲਾ ਕੇ ਅਤੇ ਪਾਣੀ ਸਾਡੇ ਘਰ ਦੱਸ ਗਏ ਮੁੜ ਕੇ, ਅਤੇ ਆਹ ਦੇ ਗਏ ਵੀ ਨਹਾਇਆ ਜੋ ਅਤੇ ਪੀਆ। ਕਿੰਨਾ ਟਾਈਮ ਹੋ ਗਿਆ ਇਹਨੂੰ? ਹੋ ਗਏ ਕੋਈ 20-25 ਦਿਨ ਹੋ ਗਏ। 20-25 ਦਿਨ ਹੋ ਗਿਆ ਜੀ, ਮਹੀਨਾ ਕੁ ਹੋ ਗਿਆ, 20-25 ਦਿਨ ਹੀ ਹੋ ਗਏ ਆਪਾਂ। ਅਤੇ ਤੁਹਾਡੇ ਘਰ ਦੇ ਵਿੱਚ ਕੋਈ ਬਿਮਾਰ ਵੀ ਆ? ਸਾਡੇ ਘਰ ਦੇ ਵਿੱਚ ਮੈਨੂੰ 2 ਵਾਰਾਂ ਟੀਬੀ ਹੋਈ ਆ ਜੀ, ਅਤੇ ਕਰੋਨਾ ਹੋਇਆ ਮੈਨੂੰ ਆ ਪਿਛਲੇ ਸਾਲ, ਅਤੇ ਮੇਰੇ 3 ਘੋੜੀਆਂ ਮਰੀਆਂ, ਇੱਕ ਮੇਰੀ ਮੱਝ ਮਰੀ ਆ 2,50,000 ਰੁਪਈਏ ਦੀ। ਮੇਰਾ ਨੁਕਸਾਨ ਹੋ ਗਿਆ ਪਾਣੀ ਨਾਲ, ਪਹਿਲਾਂ ਸਾਨੂੰ ਪਤਾ ਹੀ ਨਹੀਂ ਵੀ ਇਹ ਸਾਡਾ ਪਾਣੀ ਖਰਾਬ ਆ, ਆ ਜਿੱਦਣ ਚੈੱਕ ਕਰਕੇ ਗਏ ਉੱਦਣ ਸਾਨੂੰ ਪਤਾ ਲੱਗਾ ਵੀ ਸਾਡਾ ਪਾਣੀ ਖਰਾਬ ਆ ਜੀ, ਨਾ ਹੀ ਨਹਾਉਂਦੇ ਹਾਂ ਨਾ ਹੀ ਪੀਂਦੇ ਹਾਂ। ਆ ਮੁੰਡਾ ਆਉਂਦਾ ਸੀ ਆਪਾਂ ਟੈਂਕੀ 'ਚ, ਮੈਂ ਕਿਹਾ ਯਾਰ ਆ ਨਾ ਪਾਈਏ ਟੈਂਕੀ 'ਚ। ਇੱਕ ਮੇਰਾ ਸਵਾਲ ਹੋਰ ਆ ਵੀ ਜਿਹੜਾ ਹੁਣ ਆਉਂਦਾ ਨਾ ਮੈਂ ਪਾਣੀ ਪੀਣਾ, ਉਹਨੂੰ ਪੁੱਛੋ ਵੀ ਕਿੰਨੇ ਬੋਰ ਤੂੰ ਕੀਤੇ ਆ, ਕਿੰਨੀਆਂ ਬੋਰਾਂ ਅਸੀਂ ਲਾਉਣ ਪਾਈ ਆ, ਸਾਨੂੰ ਦੱਸ ਵੀ ਕਿੰਨੇ ਬੋਰ ਤੂੰ ਕੀਤੇ ਆ। ਮੈਨੇਜਰ ਨੇ ਫੈਕਟਰੀ ਦਾ, ਜਿਹੜਾ ਮੈਨੇਜਰ ਆ, ਉਹ ਕਹਿ ਰਿਹਾ ਵੀ ਸਾਡਾ ਜਿਹੜਾ ਪਰਿਵਾਰ ਆ ਜਾਂ ਫੈਕਟਰੀ ਦੇ ਮਾਲਕ ਆ, ਪਾਣੀ ਪੀਣ ਨੂੰ ਤਿਆਰ, ਪਾਣੀ ਅਸੀਂ ਹੁਣ ਪੀਵਾਂਗੇ। 5 ਮਹੀਨੇ ਹੋ ਗਏ ਉਦੋਂ ਨਾ ਉਹਨੇ ਪਾਣੀ ਪੀਤਾ, ਜਦੋਂ ਅਸੀਂ ਪਾਣੀ ਕੱਢਦੇ ਉਦੋਂ ਆਉਂਦਾ ਮੈਂ ਪਾਣੀ ਪੀਣਾ, ਹੁਣ ਕਿਉਂ ਆਉਂਦਾ ਮੈਂ ਪਾਣੀ ਪੀਣਾ? ਉਹ ਸਾਨੂੰ ਇਹ ਦੱਸੇ ਵੀ ਕਿੰਨੇ ਬੋਰ ਕੀਤੇ ਤੂੰ, ਕਿੰਨੀਆਂ ਬੋਰਾਂ ਲਾਉਣ ਪਾਈ ਆ, ਹੁਣ ਨਹੀਂ ਲਾਉਣ ਪੈਂਦੀ, ਹੁਣ ਪਾਣੀ ਨਹਿਰ ਦਾ ਪੈਂਦਾ। ਜਿਹੜੇ ਲੋਕ ਇਹ ਕਹਿ ਰਹੇ ਨੇ ਵੀ ਸਾਨੂੰ ਸਬੂਤ ਚਾਹੀਦਾਗਾ ਵੀ ਇਹਦੇ ਨਾਲ ਕੋਈ ਬਿਮਾਰ ਹੋਇਆ ਕਿ ਨਹੀਂ ਹੋਇਆ, ਤੁਹਾਨੂੰ ਕੀ ਲੱਗਦਾ? ਸਾਨੂੰ ਪਤਾ ਵੀ ਆਪ ਕਿੰਨੀ ਜਨਤਾ ਖੜੀ ਬਿਮਾਰ ਹੋਈ, ਆ ਤੁਹਾਡੇ ਕੋਲੇ ਖੜੇ ਸਾਰੇ ਜੀ,
ਤੁਹਾਡੇ ਕੋਲੇ ਹੀ ਆ ਸਾਰੇ ਵੇਖ ਲਓ ਜੀ ਪੁੱਛ ਲਓ ਇਹਨਾਂ ਨੂੰ ਜੀ ਹਾਂਜੀ ਬਾਈ ਕਾਲਾ ਪੀਲੀਆਂ ਮੈਨੂੰ ਖੁਦ ਨੂੰ ਹੋਇਆ ਘੱਟ ਤੋਂ ਘੱਟ 25-30 ਮਰੀਜ਼ ਆ ਸਾਡੇ ਪਿੰਡ ਦੇ ਜਿਹੜੇ ਫਿਰੋਜ਼ਪੁਰ ਤੋਂ ਲੈ ਕੇ ਆਉਂਦੇ ਆ ਦਵਾਈ ਕਾਲੇ ਪੀਲੀਏ ਕਾਲੇ ਪੀਲੀਏ ਹਾਂਜੀ ਕਿਸੇ ਦਾ ਲੀਵਰ ਖਰਾਬ ਆ ਯਾਨੀ ਸਰਵੇ ਹੋਇਆ ਸੀ ਹੁਣ ਜੀ ਉਹਦੇ ਵਿੱਚ ਚਮੜੀ ਦੇ ਕਾਫੀ ਨਿਕਲੇ ਆ ਉਹ ਮੇਰੇ ਘਰ ਦੀ ਆਂਗਣਵਾੜੀ 'ਚ ਉਹਨਾਂ ਨੇ ਕੀਤਾ ਸੀ ਸਰਵੇ ਅਤੇ ਉਹ ਯਾਨੀ 25 ਦੇ ਕਰੀਬ ਯਾਨੀ ਚਮੜੀ ਰੋਗ ਵਾਲੇ ਵੀ ਨਿਕਲੇ ਵਿੱਚ ਹਾਂਜੀ ਇਸੇ ਮਹੀਆਂ ਵਾਲੇ ਜੀ ਅਤੇ ਜਿਹੜੇ ਕਾਲੇ ਪੀਲੀਏ ਦੇ ਮਰੀਜ਼ ਨੇ ਕਾਲੇ ਪੀਲੀਏ ਦੇ ਵੀ ਇੰਨੇ ਹੈਗੇ ਆ ਜੀ ਕਾਲੇ ਪੀਲੀਏ ਹਾਂਜੀ ਜੀ ਅਤੇ ਹੁਣ ਜਿਹੜੇ ਫੈਕਟਰੀ ਦੇ ਮਾਲਕ ਆ ਉਹਦਾ ਕਹਿ ਰਹੇ ਵੀ ਅਸੀਂ ਪਾਣੀ ਪੀਣ ਨੂੰ ਤਿਆਰ ਆ ਕੀ ਲੱਗਦਾ ਤੁਹਾਨੂੰ ਉਹ ਆ ਗੱਲਾਂ ਜੀ ਉਹ ਗੱਲਾਂ ਇਹ ਬਾਕੀ ਮੈਂ ਕਿਹਾ ਚਮੜੀ ਦੇ ਰੋਗ ਤਾਂ ਬਾਈ ਇੰਨੇ ਕਾ ਜੇ ਹੁਣ ਘਰੇ ਕੋਈ ਜਾਂਦੇ ਆ ਨਾ ਪਤਾ ਲੈਣਾ ਬੁੜੀਆਂ ਹੁਣ ਦੱਸਦੀਆਂ ਨਹੀਂ ਛੇਤੀ ਤਾਂ ਦੱਸਦੀਆਂ ਆਉਣੀ ਉਹ ਕਹਿੰਦੀਆਂ ਸਾਨੂੰ ਕਰੋਨਾ 'ਚ ਨਾ ਪਾ ਦੇਣ ਪਿੰਡਾਂ ਦੇ ਵਿੱਚ ਜਦੋਂ ਜਾਂਦੀਆਂ ਨਾ ਪਤਾ ਲੈਣਾ ਵੀ ਕਿਹੜੇ ਬਿਮਾਰੀ ਲੱਗੀ ਆ ਉਹ ਛੇਤੀ ਦੱਸਦੇ ਹੀ ਨਹੀਂ ਬੁੜੀਆਂ ਕਹਿੰਦੀਆਂ ਕਿਤੇ ਸਾਨੂੰ ਕਰੋਨਾ 'ਚ ਪਾ ਕੇ ਤਾਂ ਕਿਤੇ ਸੈੱਟ ਨਾ ਦੇਣ ਇਸ ਕਰਕੇ ਲੁਕੋ ਵੀ ਬਹੁਤ ਰੱਖਦੀਆਂ ਵਾ ਮੈਨੂੰ ਚਮੜੀ ਰੋਗ ਆ ਹਾਂਜੀ ਮੈਨੂੰ ਹੋ ਗਏ ਹੋਣਗੇ 6-7 ਮਹੀਨੇ ਮੈਂ ਦਵਾਈ ਲੈਣਾ ਆਰਾਮ ਹੀ ਨਹੀਂ ਆਉਂਦਾ ਹੈਗਾ ਬੜੇ ਜਿੰਨਾ ਦਵਾਈ ਖਾਈ ਜਾਈਦੀ ਉਨਾ ਜਿਹਾ ਆਰਾਮ ਉਦੋਂ ਬਾਅਦ ਆਰਾਮ ਹੀ ਨਹੀਂ ਆਉਂਦਾ ਬਾਪੂ ਜੀ ਕੀ ਲੱਗਦਾ ਤੁਹਾਨੂੰ ਫੈਕਟਰੀ ਦੇ ਇੱਕ ਪਾਸੇ ਜਿਹੜੇ ਮੈਨੇਜਰ ਨੇ ਉਹ ਵੀ ਉਹਨਾਂ ਨੇ ਕਹਿਤਾ ਵੀ ਅਸੀਂ ਪਾਣੀ ਪੀਣ ਨੂੰ ਤਿਆਰ ਹਾਂ ਸਾਰਾ ਕੁਝ ਸਹੀ ਆ ਸਰਕਾਰ ਦੇ ਬਹੁਤ ਬੰਦੇ ਇਹ ਅੰਦਰ ਤੱਕ ਗੱਲਾਂ ਹੋ ਰਹੀਆਂ ਹੈਗੀਆਂ ਖਬਰਾਂ ਦੇ ਵਿੱਚ ਵੀ ਆ ਰਿਹਾ ਵੀ ਸੈਂਪਲ ਜਿਹੜੇ ਸਹੀ ਆ ਵੈਸੇ ਹੀ ਰੌਲਾ ਪਾਇਆ ਜਾ ਰਿਹਾ ਕੀ ਲੱਗਦਾ ਨਹੀਂ ਜੀ ਬਾਂਸਲ ਬਹੁਤ ਫਰੇਬੀ ਬੰਦਾ ਬਹੁਤ ਭੈੜਾ ਬੰਦਾ ਉਹਦੇ ਨਾਲ ਤਿੱਖਾ ਬੰਦਾ ਹੀ ਕੋਈ ਨਹੀਂ ਗਾ ਸਾਡੇ ਅਸੀਂ ਬੋਰ ਕੀਤਾ 675 ਫੁੱਟ 'ਤੇ ਗੰਦਾ ਪਾਣੀ ਆਇਆ ਕੈਮੀਕਲ ਆਇਆ ਵਿੱਚ ਉਹਦੇ ਪਾਰਾ ਆਇਆ ਵਿੱਚ ਤੇਜ਼ਾਬ ਦੇ ਮਾਤਰਾ ਆਇਆ ਇੱਥੇ ਸਾਡੇ ਬੋਰ ਆ ਕੱਲ੍ਹ ਆਏ ਸੀਗੇ ਇੱਥੇ ਚੈੱਕ ਕਰਨ ਵਾਲੇ ਸਰਕਾਰ ਨੇ ਕੋਈ ਟੀਮ ਘੱਲੀ ਸੀ 2300 TDX ਆਇਆ 29 ਦਸੰਬਰ ਦੀ ਗੱਲ ਆ ਹਾਂਜੀ ਹਾਂਜੀ ਪਾਣੀ ਐਡਾ ਮਾੜਾ ਹੁਣ ਤੁਸੀਂ ਤੁਹਾਨੂੰ ਪਿਆ ਦੇਣੇ ਅਸਰ ਹੋਰ ਘੰਟੇ ਬਾਅਦ ਟੱਟੀਆਂ ਲੱਗ ਜਾਣਗੀਆਂ ਮੈਂ ਆਪ ਖੁਦ ਖੂਹਾਂ ਵਾਲੀ ਦਵਾ ਪਾ ਕੇ ਨਹਾਉਣਾ ਲਾਲ ਦਵਾਈ ਨਹੀਂ ਖੂਹਾਂ ਵਾਲੀ ਉਹ ਮੈਂ ਪਾਣੀ 'ਚ ਪਾ ਕੇ ਫਿਰ ਨਹਾਉਣਾ ਨਹੀਂ ਤਾਂ 4-5 ਦਿਨ ਚਮੜੀ ਖਰਾਬ ਹੋ ਜਾਂਦੀ ਹੈ ਅਤੇ ਉਸ ਨਾਲ ਮੈਂ ਠੀਕ ਹਾਂ ਬਾਕੀ ਸਾਡੇ ਪਿੰਡ ਦੇ ਵਿੱਚ ਕਾਲਾ ਪੀਲੀਆ ਕੈਂਸਰ ਆ ਲੋਕ ਡਰਦੇ ਮਾਰੇ ਨਹੀਂ ਤੁਹਾਡੇ ਕੋਲ ਆ ਰਹੇ ਵੀ ਕੋਈ ਪਤਾ ਨਹੀਂ ਵੀ ਕੀ ਹੋ ਜੂਗਾ ਵੀ ਅਗਲਾ ਕੋਈ ਫਲਾਣਾ ਬਿਮਾਰ ਗੁਪਤ ਰੋਗ ਬਹੁਤ ਲੋਕਾਂ ਨੂੰ ਜਨਾਨੀਆਂ ਨੂੰ ਬੰਦਿਆਂ ਨੂੰ ਗੁਪਤ ਰੋਗ ਬਹੁਤ ਬਹੁਤ ਕੈਂਸਰ ਬੱਚੇ ਦੱਸ ਨਹੀਂ ਰਿਹਾ ਵੀ ਹੋਰ ਨਾ ਕੋਈ ਕੀ ਬਣੇਗਾ ਸਾਡੇ ਨਾਲ ਤੁਹਾਨੂੰ ਸਰਕਾਰ ਦਾ ਕਿਹੀ ਰਵੱਈਆ ਲੱਗਦਾ ਹੈਗਾ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਵੀ ਸਾਨੂੰ ਜੁਰਮਾਨਾ ਵੀ ਪੈ ਰਿਹਾ ਕੋਰਟ ਤੋਂ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਹੈਗੀਆਂ ਸਾਡੀ ਸਰਕਾਰ ਵਧੀਆ ਨਹੀਂ ਚੁਣੀ ਤਾਂ ਅਸੀਂ ਆਪ ਆ ਸਾਡੀ ਸਰਕਾਰ ਨਿਰਾਇਕ ਸਰਕਾਰ ਆ ਮੈਂ ਅੱਗੇ ਵੀ ਕਿਹਾ ਸੀਗਾ ਇੱਡੂ ਮਾੜੀ ਸਰਕਾਰ ਤੋਂ ਹੋਣੀ ਨਹੀਂ ਗੀ ਉਹਦੇ ਅੱਗੇ ਨਾ ਅਕਾਲੀ ਜਾਂ ਕਾਂਗਰਸ ਨੂੰ ਕੁੱਟਦੇ ਸੀ ਉਹ ਹਿਸਾਬ ਕਿਤਾਬ ਨਾਲ ਕੁੱਟਦੇ ਸੀ ਇਹ ਤਾਂ ਆਪਣੇ ਸਿੱਧੇ ਡਾਂਗਾ ਮਾਰੀ ਜਾਂਦੇ ਸਾਡੇ ਇਹ ਤਾਂ ਅਸੀਂ ਬਹੁਤ ਗਲਤੀ ਕੀਤੀ ਜਿਹੜੇ ਇਹਨਾਂ ਨੂੰ ਚੁਣ ਲਿਆ ਮਾੜੀ ਸਰਕਾਰ ਆ ਕੋਈ ਸੁਣਦਾ ਨਹੀਂ 6-7 ਮਹੀਨਾ ਸਾਨੂੰ 6 ਮਹੀਨੇ ਹੋ ਗਏ ਇੱਥੇ ਬੈਠਿਆਂ ਨੂੰ ਪਰ ਸਰਕਾਰ ਦੇ ਮੰਤਰੀ ਕਹਿ ਰਹੇ ਵੀ ਖਜ਼ਾਨੇ 'ਤੇ ਬੋਝ ਪੈ ਰਿਹਾ ਸੀ ਟੈਕਸ ਭਰ ਰਹੇ ਹਾਂ ਜਿਹੜੇ ਲੋਕ ਧਰਨੇ 'ਤੇ ਬੈਠੇ ਉਹ ਮਾਹੌਲ ਖਰਾਬ ਕਰ ਰਹੇ ਆ ਉਹ ਤਾਂ ਕੱਲ੍ਹ ਦੂਜਾ ਬਾਸਲ ਵੀ ਕਹੀ ਜਾਂਦਾ 1.25 ਕਰੋੜ ਰੁਪਈਆ ਦਿਹਾੜੀ ਦਾ ਭਰਦੇ ਟੈਕਸ ਅਸੀਂ ਅਤੇ ਵੇਖ ਲਓ ਵੀ ਆਪ ਉਹਨਾਂ ਨੂੰ ਕਿੰਨੇ ਪੈਸੇ ਬਣਦੇ ਹੋਣਗੇ ਲੋਕਾਂ ਦੀ ਜ਼ਿੰਦਗੀ ਤਾਂ ਨਹੀਂ ਜੋ ਸਰਕਾਰ ਨੂੰ ਤਾਂ ਪੈਸਾ ਹੋਣਾ ਚਾਹੀਦਾ ਲੋਕ ਭਲਾ ਸਾਰੇ ਮਰ ਜਾਣ ਇਕੱਲੇ ਮਲਹੋਤਰੇ ਦੀ ਫੈਕਟਰੀ ਜ਼ਰੂਰ ਚਾਹੀਦੀ ਇੱਥੇ ਤੁਸੀਂ ਮਾਹੌਲ ਖਰਾਬ ਕਰ ਰਹੇ ਹੋ ਜਿਹੜੇ ਲੋਕ ਇਹ ਕਹਿ ਰਹੇ ਆ ਗਲਤ ਆ ਜੀ ਮਾਹੌਲ ਕਾਹਦਾ ਖਰਾਬ ਰਿਹਾ ਵੇਖੋ ਕਿੰਨੇ ਸਾਡੇ ਮਰੀਜ਼ ਆ ਪਿੰਡ ਦੇ ਹਜੇ ਮੇਰੇ ਹਿਸਾਬ ਨਾਲ 100 ਮਰੀਜ਼ ਆ ਸਾਡੇ ਪਿੰਡ ਦਾ ਜਿਹੜਾ ਤੁਹਾਡੇ ਸਾਹਮਣੇ ਨਹੀਂ ਆਉਂਦਾ ਗਾ ਡਰਦਾ ਮਾਰਾ ਹੀ ਵੀ ਕਰੋਨਾ ਨਾ ਕਹਿ ਦੇਣ ਜਾਂ ਹੋਰ ਕੁਛ ਨਾ ਕਹਿ ਦੇਣ ਅਤੇ ਜਾਂ ਕੋਈ ਕਹਿ ਦੂਗਾ ਵੀ ਯਾਰ ਇਹਨੂੰ ਫਲਾਣੀ ਬਿਮਾਰੀ ਆ ਇਹਦੇ ਨੇੜੇ ਨਾ ਲੱਗੀਏ ਘੱਟ ਤੋਂ ਘੱਟ 100 ਮਰੀਜ਼ ਆ ਸਾਡੇ ਪਿੰਡ ਜੀ ਹਾਂਜੀ ਬਾਕੀ ਪਸ਼ੂ ਸਾਡੇ ਘਰ ਦੇ ਸਾਰੇ ਮਰ ਗਏ ਆ ਉਹ ਜਿਹੜੀ ਪੱਤ ਇਹਦੇ ਕਾਲਸ ਸਵਾ ਉਹ ਪੱਠਿਆਂ ਦੇ ਉੱਤੇ ਪਰਤ ਜੰਮ ਜਾਂਦੀ ਆ ਜੋ ਪਸ਼ੂ ਖਾਂਦੇ ਆ ਪੱਠੇ ਉਹ ਦਿਲ 'ਤੇ ਜੰਮ ਜਾਂਦੇ ਪਸ਼ੂ ਮਰ ਜਾਂਦੇ ਜੀ ਬਹੁਤ ਜ਼ਿਆਦਾ ਨੁਕਸਾਨ ਹੈ ਸਾਡੇ ਪਿੰਡ ਹਾਂਜੀ ਤੁਹਾਡਾ ਕੀ ਕਹਿਣਾ ਜੀ ਉਹਦੇ ਭਾਰਤੀ ਫੈਕਟਰੀ ਜਿਹੜਾ ਝੂਠ ਮਰ ਜਾਂਦਾ ਨਾ ਮੈਂ ਬੋਰ ਕਰਕੇ ਦਿੰਦਾ ਐਂ ਬੋਰ ਕਰ ਦਿੰਦਾ ਭਾਵੇਂ 100 ਫੁੱਟ ਤਾਂ ਲੈ 1000 ਤਾਂ ਕਰਾ ਲਓ ਮੈਂ 100 ਫੁੱਟ ਤਾਂ ਹੀ ਉਹਦੇ ਬਾਹਰ ਤੋਂ ਫੈਕਟਰੀ ਸਿੱਟੀ ਵਾਲ ਭਰ ਕੇ ਲੱਗਿਆ ਕਟਾਰੀਏ ਨੇ ਵੇਖਿਆ ਗੰਦਾ ਪਾਣੀ ਉਹਦੀ ਫੈਕਟਰੀ ਦੇ ਬਾਹਰਲੇ ਬੰਨੇ ਜਿਹੜਾ ਉਸੇ ਚੈੱਕ ਕਰ ਲਏ ਵੀ ਨਿਹਰਾ ਲਾਹ ਨਹੀਂ ਨਿਕਲੀ ਅਤੇ ਜੇ ਝੂਠ ਮਰੀ ਜਾਓ ਜਿੰਨੇ ਮਰਜ਼ੀ ਮਾਰੀ ਉਹਦਾ ਮੈਂ ਬੋਰ ਕਰਕੇ ਮੈਂ ਬੋਰ 'ਤੇ ਵੇਖ ਲੈਣ ਵੀ ਲਾਹ ਨਿਕਲੀ ਪੋਰੀ ਅਤੇ ਲੈ ਕੇ ਵੀ ਗਿਆ ਸਾਨੂੰ ਸਿੱਟੀ ਵਾਲ ਵੀ ਉਹ 'ਚ ਭਰ ਕੇ ਲੱਗਿਆ ਕਟਾਰੀਏ ਨੇ ਵੇਖਿਆ ਕਟਾਰੀ ਨੇ ਖੁਦ ਆਖਿਆ ਵੀ ਨਹੀਂ ਪੀਣ ਦਿਓ ਅਤੇ ਜੇ ਹੁਣ ਝੂਠ ਮਰੀ ਤਾਂ ਜੋ ਮਰਜ਼ੀ ਕਰੀ ਜਾਓ ਤੁਹਾਨੂੰ ਕੀ ਲੱਗਦਾ ਹੱਲ ਹੋਊਗਾ ਕੋਈ ਜਿਹੜਾ 40-50 ਪਿੰਡ ਨੇ ਇਸ ਏਰੀਏ ਦੇ ਅਸੀਂ ਤਾਂ ਬੰਦ ਕਰਾ ਕੇ ਖੁਸ਼ ਹਾਂ ਅਸੀਂ ਤਾਂ ਬੰਦ ਕਰਾਉਣ 'ਚ ਹੀ ਹੱਕ ਚਾਹੀਦਾ ਉੱਠਣਾ ਹੀ ਨਹੀਂ ਉਨਾ ਚਿਰ ਭਾਵੇਂ ਕੁਛ ਵੀ ਹੋ ਜਾਵੇ ਸਰਕਾਰ ਕੀ ਕਰੂਗੀ ਸਾਨੂੰ ਮਾਰ ਦੂ ਹੋਰ ਕੀ ਕਰੂਗਾ ਅਸੀਂ ਤਾਂ ਮਰੇ ਤਾਂ ਹੈਗੇ ਮਰੇ ਤਾਂ ਉਵੇਂ ਵੀ ਹੈ ਅਤੇ ਜੇ ਉੱਥੇ ਸਾਨੂੰ ਮਾਰ ਦੂ ਸਰਕਾਰ ਮਾਰ ਦੂ ਵਧੀਆ ਗੱਲ ਸ਼ਹੀਦ ਤਾਂ ਘੁਮਾਵਾਂਗੇ ਆਪਦੇ ਆਪ ਨੂੰ ਅਸੀਂ ਸਾਡੇ ਆਉਣ ਵਾਲੀ ਨਸਲਾਂ ਨੂੰ ਪਤਾ ਲੱਗੂ ਸਾਡੇ ਦਾਦਿਆਂ ਬਾਬਿਆਂ ਨੇ ਵੀ ਉੱਥੇ ਮਰੇ ਆ ਸ਼ਹੀਦੀਆਂ ਦਿੱਤੀਆਂ ਵੀ ਸਾਨੂੰ ਬਚਾਇਆ ਆਉਣ ਵਾਲੀ ਨਸਲਾਂ ਤਾਂ ਬਚਣੀਆਂ ਸਾਡੀਆਂ ਅਸੀਂ ਤਾਂ 50 ਸਾਲ ਦੇ ਹੋ ਗਏ ਹੋਰ 50-70 ਸਾਲ ਮਰਾਂਗੇ ਅਤੇ ਇੱਦੂ ਸਾਨੂੰ ਗੋਲੀ ਮਾਰ ਕੇ ਮਰ ਜਾਵਾਂਗੇ ਵਧੀਆ ਗੱਲ ਆ
ਬਾਈ ਜੀ ਤੁਸੀਂ ਵੀ ਬਿਮਾਰ ਹੋ? ਹਾਂਜੀ। ਕੀ ਬਿਮਾਰੀ ਹੈ ਬਾਈ ਸਾਹਿਬ? ਮੈਨੂੰ ਜੀ ਮੇਰਾ ਨੁਕਸ ਪੈ ਗਿਆ ਜੀ, ਪਾਣੀ ਦੀ ਵਜ੍ਹਾ ਨਾਲ ਹੀ ਇਹਨਾਂ ਨੂੰ ਨੁਕਸ ਪੈ ਗਿਆ ਸੀਗਾ, ਜੋ ਕਿ ਇਹਨਾਂ ਦੀ ਤਹਿਲੀ ਲੈਟਰਿੰਗ ਵਾਲੀ ਬਾਹਰ ਕੱਢੀ ਹੋਈ ਹੈ ਜੀ ਇਹਨਾਂ ਦੀ, ਇਹ ਸਾਰੇ ਪਾਣੀ ਦੀ ਵਜ੍ਹਾ ਨਾਲ ਹੀ। ਤੁਸੀਂ ਬਾਈ ਦੋਨੇ? ਅਸੀਂ ਦੋਨੇ ਭਾਈ ਹਾਂ ਜੀ, ਇਹ ਮੇਥੋਂ ਵੱਡਾ ਮੈਂ ਛੋਟਾ ਜੀ। ਤੁਸੀਂ ਵੀ ਬਿਮਾਰ ਹੋ? ਮੈਂ ਵੀ, ਮੇਰੀ ਕਿਡਨੀ ਦੀ ਪ੍ਰੋਬਲਮ ਆ ਗਈ ਸੀ, ਜੋ ਕਿ ਮੇਰਾ 2019 ਦੇ ਵਿੱਚ ਮੈਨੂੰ ਪਤਾ ਨਹੀਂ ਸੀਗਾ ਪਾਣੀ ਪੀਣ ਦੀ ਵਜ੍ਹਾ ਨਾਲ ਵੀ ਮੇਰਾ ਕ੍ਰੈਟੀਨਿਨ ਵੱਧ ਰਿਹਾ ਜੀ। ਜਦੋਂ ਮੈਂ 2020 ਦੇ ਵਿੱਚ ਚੈੱਕ ਕਰਾਇਆ, ਮੈਨੂੰ ਕਿਸੇ ਨੇ ਦੱਸਿਆ ਤੋਂ ਮੇਰਾ ਕ੍ਰੈਟੀਨਿਨ 12.5-13 ਤੇ ਲਗਭਗ ਚਲਾ ਗਿਆ ਸੀ ਵੀ ਕਿਡਨੀਆਂ ਖਰਾਬ ਹੋਣ ਦੀ ਵਜ੍ਹਾ ਨਾਲ, ਜੋ ਕਿ ਮੇਰਾ ਹੁਣ ਵੀ ਡਾਇਲਸਿਸ ਹੋ ਕੇ ਸਟੰਟ ਪੈ ਕੇ ਅਤੇ ਮੈਂ ਇਲਾਜ ਚੱਲ ਰਿਹਾ ਸੀ, 3 ਮੇਰਾ ਡਾਇਲਸਿਸ ਪਈ ਆ ਅਤੇ ਸਟੰਟ ਹੋਏ ਪਏ ਆ ਜੀ, ਜਿਹਦੇ ਵਿੱਚ ਮੇਰੀ ਹੁਣ ਵੀ ਇੱਕ ਦਵਾਈ ਚੱਲ ਰਹੀ ਹੈ 1 ਮਹੀਨੇ ਦੀ ₹5,000, ਜਿਹਦੇ ਵਿੱਚ 4.5 ਲੱਖ ਰੁਪਇਆ ਮੇਰਾ ਇਹ ਪਾਣੀ ਦੀ ਵਜ੍ਹਾ ਨਾਲ ਹੀ ਮੇਰਾ ਨੁਕਸਾਨ ਹੋਇਆ ਸਾਰਾ ਜਿੰਨਾ ਵੀ ਹੋਇਆ। ਇਹ ਸਾਡੇ ਪਿੰਡ ਦਾ ਪਾਣੀ ਇੰਨਾ ਮਾੜਾ ਜੀ, ਇਹ ਮੇਰਾ ਵੱਡਾ ਭਾਈ ਸਾਹਿਬ ਇਹਦੇ ਵੀ ਹੁਣ ਸਾਲ ਹੀ ਇਹਦੇ ਹੋ ਗਿਆ ਜੀ, ਲੈਟਰਿੰਗ ਵਾਲੀ ਥੈਲੀ ਬਾਹਰ ਕੱਢੀ ਹੋਈ ਹੈ ਜੀ, ਇਹ ਸਾਰੇ ਪਾਣੀ ਦੇ ਵਜ੍ਹਾ ਜਿੰਨੀ ਵੀ ਇਹ ਨੁਕਸਾਨ ਸਾਡਾ ਪਾਣੀ ਦੀ ਵਜ੍ਹਾ ਨਾਲ ਹੀ ਹੋਇਆ ਜੀ। ਹਾਂਜੀ। ਤੁਹਾਡਾ, ਤੁਹਾਨੂੰ ਕੀ ਬਿਮਾਰੀ ਹੈ ਜੀ? ਮੈਨੂੰ ਵੀ ਲੀਵਰ ਦੀ ਹੈ ਜੀ। ਲੀਵਰ ਦੀ ਬਿਮਾਰੀ ਹੈ? ਹਾਂਜੀ। ਕਿੰਨਾ ਟਾਈਮ ਹੋ ਗਿਆ? ਇਹ ਜੀ ਹੋ ਗਿਆ ਸਾਨੂੰ ਜਾਨੀ 1.5-2 ਸਾਲ ਤੋਂ ਪਤਾ ਲੱਗਾ ਹੈ, ਤੋਂ ਉਦੋਂ ਪਹਿਲਾਂ ਦਾ ਹੀ ਆ। ਹਾਂ। ਅਤੇ ਜਾਨੀ ਹੁਣ ਮੇਰੀ ਦਵਾਈ ਚੱਲ ਰਹੀ ਆ ਜੀ, ਰਿਪੋਰਟਾਂ ਵੀ ਮੇਰੀਆਂ ਸਾਰੀਆਂ ਮੇਰੇ ਕੋਲ ਆ, 4,200 ਰੁਪਏ ਦਵਾਈ ਆਉਂਦੀ ਆ ਅਤੇ 2.5 ਲੱਖ ਰੁਪਈਆ ਪਹਿਲਾਂ ਮੈਂ ਮੋਗੇ ਲਾ ਕੇ ਹਾਂ। 2.5 ਲੱਖ ਰੁਪਈਆ ਲੱਗ ਗਿਆ? ਹਾਂਜੀ। ਹੁਣ 4,200 ਦੀ 20 ਦਿਨਾਂ ਦੀ ਦਵਾਈ ਆਉਂਦੀ ਆ, 20 ਦਿਨ ਦੀ ਦਵਾਈ 4,200 ਦੀ। ਹਾਂਜੀ ਜੀ। ਪਰ ਸਰਕਾਰ ਨੂੰ ਕੀ ਕਹਿਣਾ ਚਾਹੋਗੇ, ਕੀ ਮੰਗ ਕਰੋਗੇ? ਜਿਹੜੇ ਲੋਕ ਇਹ ਕਹਿ ਰਹੇ ਆ ਵੀ ਐਵੇਂ ਬੈਠਿਆ ਮਾਹੌਲ ਖਰਾਬ ਕਰੀਏ, ਉਹ ਤਾਂ ਜੀ ਇੱਕ ਜਾਣ ਬੁੱਝ ਕੇ ਸਾਨੂੰ 40 ਪਿੰਡਾਂ ਨੂੰ ਮਾਰਨ ਵਾਸਤੇ ਆ ਜੀ, ਜਿਹੜੇ ਕਹਿੰਦੇ ਵੀ ਫੈਕਟਰੀ ਚੱਲ ਜੇ ਕਿਉਂਕਿ ਸਰਕਾਰ ਨੂੰ ਪੈਸਾ ਚਾਹੀਦਾ ਵੀ ਸਰਕਾਰ ਨੂੰ, ਕਿਉਂਕਿ 1,00,000 ਰੁਪਈਆ ਫੰਡ ਦੇ ਰਹੇ ਉਹ, ਪਰ ਅਸੀਂ ਇਹਨੇ ਉਹ 40 ਪਿੰਡ ਸਾਨੂੰ ਉਹਦੇ ਵਿੱਚ 40 ਪਿੰਡ ਮਰ ਜਾਣ ਅਤੇ ਸਰਕਾਰ ਸਾਨੂੰ ਸਿਰਫ ਸ਼ਰਾਬ ਫੈਕਟਰੀ ਚੱਲਦੀ ਰਹੇ, ਇਹ ਸਿਰਫ ਇੱਕ ਦੀਪ ਮਲਹੋਤਰਾ ਦਾ ਪੱਖ ਰੱਖ ਰਹੇ ਆ, ਸਾਡੇ 40 ਪਿੰਡਾਂ ਦਾ ਨੁਕਸਾਨ ਕਰ ਰਹੇ ਆ ਜੀ। ਜੀ ਮਾਤਾ ਜੀ, ਤੁਹਾਨੂੰ ਕੀ ਪ੍ਰੋਬਲਮ ਆ ਜੀ? ਜੀ ਲੀਵਰ ਦੀ ਪ੍ਰੋਬਲਮ ਆ? ਕਿੰਨਾ ਟਾਈਮ ਹੋ ਗਿਆ ਜੀ? 8-7 ਮਹੀਨੇ ਜੀ। ਤੁਹਾਡੇ ਘਰੋਂ ਨੇ ਜੀ? ਲਗਾਤਾਰ ਦਵਾਈ ਖਾਈ ਜਾਂਦੇ, ਆਰਾਮ ਪੋਲਾ ਨਹੀਂ ਆਉਂਦਾ, ਆਰਾਮ ਨਹੀਂ ਆਉਂਦਾ ਨਾ, ਆਰਾਮ ਨਹੀਂ ਆਉਂਦਾ ਜੀ, ਲਗਾ ਕਦੇ ਵੀ ਨੀਂਦ ਨਹੀਂ ਆਉਂਦੀ, ਉਹ ਵੀ ਗੋਲੀ ਖਾਂਦੇ ਨੇ, ਉਹ ਵੀ ਨੀਂਦ ਕੋਈ ਖਾਣੀ ਹੈ ਤਾਂ ਨੀਂਦ ਆਉਂਦੀ ਤੇ ਨਹੀਂ ਆਉਂਦੀ ਨਹੀਂ। 1,00,000 ਰੁਪਈਆ ਲਾਤਾ? 1,00,000 ਰੁਪਈਆ ਹੀ ਲਾਤਾ। ਹਾਂ। ਉੱਪਰ ਤੇ ਹਜੇ ਆਪ ਇੱਕ ਡੱਕੇ ਜਿੰਨੇ ਦਾ ਵੀ ਹੈ। ਦਵਾਂ ਜੀ। ਮਾਤਾ ਜੀ ਸੋਨੂੰ ਕੀ ਪ੍ਰੋਬਲਮ ਆ ਜੀ? ਮੇਰੇ ਆ ਗੰਢ ਆ ਜੀ ਅੰਦਰ। ਹਾਂਜੀ ਜੀ ਜੀ। ਗੰਢਾ ਮੇਰੇ ਪਾਣੀ ਦੇ ਕਾਰਨ ਹੀ ਹੁੰਦੀ, ਮੈਂ ਜੇ ਦਵਾਈ ਖਾਂਦੀ ਤਾਂ ਤੁਰਦੇ ਤਾਂ ਨਹੀਂ, ਬਸ ਮੇਰਾ ਇਹੋ ਹਾਲ ਆ, ਪਾਣੀ ਦਾ ਕਾਰਨ ਜੋ ਕੁਛ ਆ ਸਾਡਾ ਪਾਣੀ ਦਾ ਕਾਰਨ। ਕਿੰਨਾ ਟਾਈਮ ਹੋ ਗਿਆ ਜੀ? ਮੇਰੇ ਇਹ 2 ਸਾਲ ਹੋ ਗਿਆ। 2 ਸਾਲ ਹੋ ਗਏ। ਹਾਂਜੀ ਜੀ। ਤੁਹਾਨੂੰ ਕੀ ਨੁਕਸਾਨ ਜੀ? ਸਕਿਨ ਪ੍ਰੋਬਲਮ ਆ ਵੀਰ ਜੀ ਮੈਨੂੰ। ਸਕਿਨ ਪ੍ਰੋਬਲਮ? ਹਾਂਜੀ, 4 ਸਾਲ ਹੋ ਗਏ ਦਵਾਈ ਖਾਂਦੀ ਨੂੰ, ਜਮਾਂ ਨਹੀਂ ਫਰਕ ਪੈਂਦਾ। ਜੋ ਦਵਾਈ ਲੈ ਲੈਨੇ? ਹਾਂਜੀ, ਉਹਦਾ ਫਰਕ ਪੈਂਦਾ ਬਾਅਦ ਚ, ਫਿਰ ਉਦਾਂ ਹੀ ਹੁੰਦਾ ਜੀ। ਹਾਂਜੀ। ਬਾਪੂ ਜੀ ਕੀ ਕਹਿਣਾ ਚਾਹੋਗੇ, ਸਾਰੇ ਪਿੰਡ 'ਚ ਇਹ ਹਾਲ ਆ? ਸਾਰੇ ਪਿੰਡ ਦੇ ਬਹੁਤ ਬੁਰਾ ਹਾਲ ਆ ਜੀ, ਸਾਡੇ ਮੇਰੇ ਘਰੋਂ ਆ ਅਸੀਂ 8-9 ਲੱਖ ਰੁਪਈਆ ਗਾਲ ਹਟੇ, ਬਿਮਾਰੀਆਂ ਹੀ ਸਾਨੂੰ ਇੰਨੀਆਂ ਜਾਣਗੀਆਂ, ਚੁੰਬੜ ਹਟੀਆਂ, ਸਾਡਾ ਤਾਂ ਇਹ ਹਾਲ ਬਹੁਤ ਮਾੜਾ ਕੀਤਾ ਪਿਆ, ਫੈਕਟਰੀ ਤਾਂ ਬੰਦ ਪੱਕੀ ਹੋਣੀ ਚਾਹੀਦੀ, ਫਿਰ ਸਾਡੀ ਜਾਨ ਛੁੱਟਣੀ ਆ, ਨਹੀਂ ਮਰੇ ਤਾਂ ਅੱਗੇ ਹੀ ਆ, ਅਤੇ ਫਿਰ ਇਹ ਮਾਰ ਦੇਣਗੇ ਤਾਂ ਤਾਲੋ, ਇਹਨਾਂ ਦੀ ਮਰਜ਼ੀ ਹੈ ਜੋ ਮਰਜ਼ੀ ਕਰਨੀ, ਪਰ ਤਕੜੇ ਬੰਦੇ ਆ ਜੀ, ਉਹਨਾਂ ਨੂੰ ਅਸੀਂ ਬਰਾਬਰ ਨਹੀਂ ਕਰ ਸਕਦੇ। ਪਰ ਜਿਹੜੇ ਲੋਕ ਬਾਪੂ ਜੀ ਇਹ ਕਹਿੰਦੇ ਆ ਵੀ ਇਹ ਵੈਸੇ ਰੌਲਾ ਪਾ ਰਹੇ ਨੇ ਸਾਰੇ, ਉਹਨਾਂ ਨੂੰ ਤਾਂ ਤਕੜੇ ਬੰਦਿਆਂ ਦਾ ਤਾਂ ਰੌਲਾ ਹੀ ਦਿਸਣਾ ਜੀ, ਜਿਹੜੇ ਬੰਦੇ ਮਰਦੇ ਆ ਉਹਨਾਂ ਨੂੰ ਪਤਾ ਜਾ, ਜਿਹਦੇ ਜਿਹਦੇ ਘਰੇ ਬਿਮਾਰੀ ਚੁੰਬੜੀ ਉਹਨੂੰ ਪਤਾ, ਇਸ ਚੀਜ਼ ਦਾ ਹੋਰ ਕਿਸੇ ਨੂੰ ਨਹੀਂ ਪਤਾ ਜੀ। ਜੀ ਹਾਂਜੀ ਮਾਤਾ ਜੀ। ਵੀਰ ਮੇਰਾ ਸਰ ਤਾਂ ਪਿੰਡਾਂ ਹੀ ਉਛਲੀ ਜਾਂਦਾ ਖੁਰਕ ਖੁਰਕ ਕਮਲਿਆਂ ਨੂੰ, ਅਤੇ ਮੇਰੀ ਪੋਤੀ ਅਜੇ ਪੜੋਤੀ 2 ਮਹੀਨਿਆਂ ਦੀ, ਤੂੰ ਜਾ ਕੇ ਪਿੰਡਾਂ ਵੇਖ, ਉਹਦਾ ਦੁੱਧ ਦੁੱਧ ਪਾਉਣੇ ਵਿੱਚ ਪਾਣੀ ਪਾਉਣਾ ਪੈਂਦਾ ਸਾਨੂੰ, ਉਹ ਫਫੜਿਆ ਗਈ ਜਵਾਕੜੀ 2 ਮਹੀਨਿਆਂ ਦੀ ਹਜੇ, ਹੁਣ ਦੱਸੋ ਫਿਰ ਅਸੀਂ ਕਿੱਧਰ ਨੂੰ ਜਾਵਾਂਗੇ, ਉਹ ਵੀ ਦੱਸੋ, ਪਾਣੀ ਤਾਂ ਅਸੀਂ ਪੀਣਾ ਹੀ ਆ, ਮਾਰੇ ਸਰਪਾ ਗਿੱਟੇ ਗੋਡਿਆ ਸਾਰੇ ਪਾ ਕਲਿਆ ਖੁਰਕੀ ਜਾ ਉਹਦਾ ਕਮਲਿਆ। ਸਰਕਾਰ ਨੂੰ ਕੀ ਕਹਿਣਾ ਚਾਹੋਗੇ? ਸਰਕਾਰ ਨੂੰ ਫਿਰ ਇਹੀ ਆ ਵੀ ਫਿਰ ਪਾਣੀ ਦਾ ਸਾਡਾ ਕੋਈ ਹੱਲ ਕਰਨਗੇ ਨਾ, ਹਾਂ ਵੀ ਅਸੀਂ ਕੋਈ ਡਾਂਗਾ ਥੋੜਾ ਉੱਤੇ ਜਿੰਨਾ ਤੇ ਡਾਂਗਾ ਮਖਾਉਂਗੇ ਸਾਨੂੰ, ਵੇ ਤਾਂ ਸਗੋਂ ਦੁਖੀ ਹੋਏ ਪਏ। ਜਿਹੜੇ ਲੋਕ ਕਹਿੰਦੇ ਆ ਵੀ ਇਹ ਤਾਂ ਉਹੀ ਬੈਠੇ ਆ ਰੌਲਾ ਪਾਈ, ਹਾਂ ਲੋਕਾਂ ਦਾ ਬਾਈ ਉਹਨਾਂ ਦਿਮਾਗ ਛੱਟਾ, ਸਾਡੇ ਦਿਮਾਗ ਖੇਲੇ ਪਏ ਜਿਹੜੇ ਜਾਂਦੇ ਉੱਥੇ, ਅਜਿਹੀਆਂ ਹੁਣ ਇੱਥੇ ਜਿਹਨਾਂ ਨੇ ਜਾਣਾ ਨਹੀਂ, ਜਿਹਨੇ ਬੁੜੀਆਂ ਨਹੀਂ ਜਾਣਾ, ਜਿਹਨਾਂ ਬੰਦਿਆਂ ਨਹੀਂ ਜਾਣਾ, ਉਹਨਾਂ ਨੇ ਆਪੇ ਹੀ ਕਹਿ ਦੇਣਾ, ਉਹਨਾਂ ਨੂੰ ਨਹੀਂ ਹੋਊਗਾ ਇੱਥੇ ਬੈਠੇ ਖੁਰਕੀ ਜਾਣ, ਜਾਣ ਜੋਗਾ ਵੀ ਕੋਈ ਹੈ ਨਹੀਂ, ਹੁਣ ਜੋ ਜ਼ਿਆਦਾ ਚੱਲ ਉੱਥੇ ਬੈਠੇ ਖੁਰਕੀ ਜਾਣ, ਇੰਨਾ ਚੱਲ ਹੋਊਗਾ, ਮੈਂ ਤਾਂ ਬਹੁਤ ਜ਼ਿਆਦਾ ਤੰਗ ਆ ਜੀ। ਇੱਕ ਹੋਰ ਵੀ ਗੱਲ ਆ, ਇੱਕ ਹੋਰ ਗੱਲ ਨਿਕਲ ਕੇ ਸਾਹਮਣੇ ਆਈ ਹੈ ਬਾਈ, ਸੋਨੂੰ ਕੀ ਪ੍ਰੋਬਲਮ ਆ?
ਤੁਹਾਨੂੰ ਸਕਿਨ ਪ੍ਰੋਬਲਮ ਆ? ਹਾਂਜੀ ਹਾਂਜੀ, ਮੈਂ ਜ਼ਰੂਰ ਚਾਹੂੰਗਾ ਵੀ ਇਹ ਜ਼ਰੂਰ ਸ਼ਾਟ ਲਏ ਜਾਣ। ਹਾਂਜੀ, ਇਹ ਕਿੰਨੇ ਟਾਈਮ ਦੀ ਹੈ ਬਾਪੂ ਪ੍ਰੋਬਲਮ? 3 ਸਾਲ ਹੋ ਗਏ। 3 ਸਾਲ ਹੋ ਗਏ? ਹਾਂਜੀ। ਇਲਾਜ ਵੀ ਬਹੁਤ ਕਰਾਇਆ ਸਾਰੇ ਮੋਗੇ ਵੀ ਡਾਕਟਰਾਂ ਕੋਲ ਵਿਖਾਇਆ, ਬਹੁਤ ਚਮੜੀ ਦੇ ਲੋਕਾਂ ਕੋਲ ਗਿਆ, ਫਿਰ ਅਖੀਰ ਸਾਲ ਭਰ ਵਕੀਲਾਂ ਵਾਲੇ ਤੋਂ ਵੀ ਦਵਾਈ ਖਾਧੀ ਹੈ, ਪਰ ਠੀਕ ਨਹੀਂ ਹੋਇਆ। ਕਿਤੇ ਠੀਕ ਆਰਾਮ ਆ ਜਾਂਦਾ, ਫਿਰ ਚੌਥੇ ਦਿਨ ਹੋ ਜਾਂਦਾ। ਲੱਗਦਾ ਸਰਕਾਰ ਕੋਈ ਬਾਂਹ ਫੜੂ ਤੁਹਾਡੀ ਪਿੰਡ ਵਾਲਿਆਂ ਦੀ? ਇਹ ਤੁਹਾਨੂੰ ਵੇਖੋ, ਸਰਕਾਰ ਦੇ ਹੱਕ ਬਣਦਾ, ਪੜ੍ਹਨੀ ਤਾਂ ਚਾਹੀਦੀ ਹੈ, ਇਲਾਜ ਕਰਨਾ ਚਾਹੀਦਾ ਫ੍ਰੀ ਇਹਨਾਂ ਦਾ। ਜੀ ਰੋਮਨ, ਇੱਕ ਗੱਲ ਮੈਨੂੰ ਦੱਸੋ, ਸਾਰਾ ਮਾਮਲਾ ਲੋਕਾਂ ਦੇ ਸਾਹਮਣੇ ਵੀ ਆ ਗਿਆ, ਸਾਰਾ ਕੁਛ ਆ, ਮੀਟਿੰਗ ਵੀ ਹੋ ਗਈ ਤੁਹਾਡੀ ਮੁੱਖ ਮੰਤਰੀ ਨਾਲ, ਕੀ ਲੱਗਦਾ ਹੁਣ ਕਿੱਥੇ? ਹੁਣ ਪ੍ਰੈਸ ਕਾਨਫਰੰਸ ਉਧਰੋਂ ਵੀ ਹੋਈ ਹੈ ਇੱਕ ਫੈਕਟਰੀ ਵਾਲੇ ਪਾਸਿਓਂ, ਉਹ ਵੀ ਬੋਲੇ ਨੇ, ਉਹ ਕਹਿੰਦੇ ਵੀ ਅਸੀਂ ਪਾਣੀ ਪੀਣ ਨੂੰ ਵੀ ਤਿਆਰ ਆ। ਉਹ ਤਾਂ ਬਈ ਸਿੱਧਾ ਉਹਨਾਂ ਨੂੰ ਚੈਲੰਜ ਆ, ਮੈਂ ਅੱਗੇ ਵੀ ਕਿਹਾ ਸੀਗਾ ਵੀ ਖੁੱਲ੍ਹਾ ਸੱਦਾ, ਖੁੱਲ੍ਹੀ ਡਿਬੇਟ ਦਾ ਵੀ ਆ ਜਾਓ, ਆਪਾਂ ਡਿਬੇਟ ਕਰ ਲੈਂਦੇ ਹਾਂ। ਤੁਸੀਂ ਜਾਣੇ ਨਾ ਸਬੂਤ, ਆ ਜਿਉਂਦੇ ਜਾਗਦੇ ਸਬੂਤ ਆ ਸਾਡੇ ਪਿੰਡਾਂ ਦੇ, ਸਾਡੇ ਪਿੰਡਾਂ ਦੇ ਜਿਉਂਦੇ ਜਾਗਦੇ ਸਬੂਤ ਆ। ਤੁਸੀਂ ਇੱਕ ਚੀਜ਼ ਬਈ ਨੋਟ ਕਰੋ, ਉਹਨਾਂ ਨੇ ਕਿਹਾ ਵੀ ਅਸੀਂ 19 ਲੱਖ ਲੀਟਰ ਪਾਣੀ ਜਿਹੜਾ ਗੰਦਾ ਉਹ ਟ੍ਰੀਟ ਕਰਦੇ ਹਾਂ। ਇਹਦਾ ਮਤਲਬ ਤੁਸੀਂ ਕਹਿੰਦੇ 23 ਲੱਖ ਸਾਡੀ ਕੰਪੈਸਿਟੀ ਆ, 19 ਲੱਖ ਅਸੀਂ ਟ੍ਰੀਟ ਕਰਦੇ ਹਾਂ, ਹੈ ਨਾ। ਇਹਦਾ ਮਤਲਬ ਤੁਸੀਂ 70 ਤੋਂ 80 ਲੱਖ ਲੀਟਰ ਤੁਹਾਡੇ ਅੰਕੜਿਆਂ ਦੇ ਹਿਸਾਬ ਨਾਲ ਵੀ ਪਾਣੀ ਧਰਤੀ 'ਚੋਂ ਗਰਾਊਂਡ ਵਾਟਰ ਕੱਢ ਰਹੇ ਹੋ। ਤੁਹਾਨੂੰ ਕਿਹਨੇ ਹੱਕ ਦਿੱਤਾ ਧਰਤੀ ਦਾ 1 ਕਰੋੜ ਲੀਟਰ ਪਾਣੀ ਡੇਲੀ ਤੁਸੀਂ ਕੱਢੋ ਪੰਜਾਬ ਦਾ? ਇੱਕ ਪਾਸੇ ਦੇਖੋ ਜੀ, ਆਪਾਂ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਇਹ ਸਰਕਾਰ ਕਹਿੰਦੀ ਆ ਵੀ ਤੁਸੀਂ ਕਹਿੰਦੇ ਵੀ ਝੋਨੇ ਸਿੱਧੀ ਬਿਜਾਈ ਕਰੋ, ਪਾਣੀ ਨਾ ਕੱਢੋ, ਪਰ ਬਈ ਜੀ ਕਿਸਾਨਾਂ ਦਾ ਕਸੂਰ ਨਹੀਂ ਹੈਗਾ ਧਰਤੀ ਦੇ ਰੈੱਡ ਜ਼ੋਨ ਵਿੱਚ ਪਾਣੀ ਜਾਣਾ, ਇਹ ਇੰਡਸਟਰੀਆਂ ਦਾ ਹੈਗਾ ਜੀ। ਪਵਨ ਬਾਂਸਲ ਨੂੰ ਕਹਿੰਦੇ ਹਾਂ ਤੂੰ ਆਪਦੀ ਖੁਦ ਦੀ ਮੈਡੀਕਲ ਰਿਪੋਰਟ ਲੈ ਕੇ ਆ ਜਾ ਸਾਡੇ ਕੋਲ, ਖੁੱਲ੍ਹੀ ਡਿਬੇਟ ਕਰਦੇ ਹਾਂ, ਬੈਠ ਕੇ ਅਸੀਂ ਸਬੂਤ ਦੇਵਾਂਗੇ, ਲਿਖਤ ਪੜ੍ਹਤ ਕਰ ਲੈਂਦੇ ਆਪਾਂ। ਜੇ ਤਾਂ ਅਸੀਂ ਸਬੂਤਾਂ 'ਤੇ ਖੜੇ ਹੋਏ, ਸਬੂਤ ਹੋਏ ਸੱਚੇ ਸਾਡੇ, ਤੂੰ ਫੈਕਟਰੀ ਬੰਦ ਕਰੇਗਾ। ਜੇ ਅਸੀਂ ਗਲਤ ਹੋਏ ਤਾਂ ਅਸੀਂ ਆਪਦੇ ਚੁੱਪ ਕਰਕੇ ਘਰਾਂ 'ਚ ਆ ਜਾਵਾਂਗੇ ਜੀ। ਆ ਜਿਉਂਦੇ ਜਾਗਦੇ ਸਬੂਤ ਆ, ਇਹਨਾਂ ਨੂੰ ਪੁੱਛੋ ਵੀ ਆ ਇੰਨੇ ਬਿਮਾਰ ਬੰਦੇ ਖੜੇ ਨੇ, ਕੀ ਅੱਜ ਤੱਕ ਕੋਈ ਸਰਕਾਰੀ ਅਦਾਰਾ ਇਹਨਾਂ ਦੇ ਘਰਾਂ ਤੱਕ ਗਿਆ? ਪੁੱਛੋ ਤਾਂ ਮੈਂ ਸਹੀ ਮਾੜਾ, ਕੋਈ ਨਹੀਂ ਗਿਆ ਬਾਈ ਜੀ, ਕੋਈ ਨਹੀਂ ਆਇਆ ਅੱਜ ਤੱਕ ਜੀ ਸਾਡੇ ਘਰ ਕਿਸੇ ਨੇ ਸਾਡੀ ਕੋਈ ਬਾਤ ਨਹੀਂ ਪੁੱਛੀ ਜੀ। ਇਹ ਬਾਈ ਜੀ ਸਰਕਾਰ ਕਰ ਰਹੀ ਹੈ ਖਾਨਾ ਪੂਰਤੀਆਂ ਖਾਨੇ ਪੂਰਤੀਆਂ ਕਰਕੇ ਇਹ ਇੰਡਸਟਰੀ ਦੇ ਹੱਕ ਵਿੱਚ ਜਾ ਰਹੀ ਆ। ਇਹ ਨਾਲੇ ਪਵਨ ਬਾਂਸਲ ਖੁਦ ਕਹਿ ਰਿਹਾ ਵੀ ਦੂਜਾ ਐਡਮਿਨਿਸਟ੍ਰੇਸ਼ਨ ਐਫਰਟ ਕਰ ਰਿਹਾ, ਅਸੀਂ ਕਹਿੰਦੇ ਐਫਰਟ ਕਰ ਰਿਹਾ, ਪਰ ਕਰ ਰਿਹਾ ਤੂੰ ਤੁਹਾਡੀ ਪਿੱਠ 'ਤੇ ਖੜ ਕੇ, ਤੁਹਾਡੀ ਸਰਕਾਰ ਇਹ ਫੈਕਟਰੀ ਚਲਾਉਣਾ ਚਾਹੁੰਦੇ ਆ ਜੀ। ਤੁਸੀਂ ਸਾਡੇ ਪਿੰਡਾਂ ਦੇ ਬੰਦੇ ਮਾਰ ਰਹੇ ਹੋ, ਨੁਕਸਾਨ ਕਰ ਰਹੇ ਹੋ, ਸਰਕਾਰ ਖਾਨਾ ਪੂਰਤੀਆਂ ਕਰ ਰਹੀ ਆ, ਰਿਪੋਰਟਾਂ ਬਣਾ ਕੇ, ਕਮੇਟੀਆਂ ਬਣਾ ਕੇ। ਇੱਕ ਦੱਸੋ, ਸਰਕਾਰ ਨੇ ਨੋਟੀਫਾਈ ਕੀਤੀ ਕਮੇਟੀ ਹਾਲੇ ਤੱਕ? ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਈ। ਦੂਜੀ ਗੱਲ, ਜਦੋਂ CM ਸਾਹਿਬ ਨੇ ਕਹਿਤਾ ਵੀ ਫੈਕਟਰੀ ਦੀ ਜਾਂਚ ਹੋਊਗੀ, ਕਮੇਟੀਆਂ ਬਣ ਗਈਆਂ, ਅਤੇ ਆਪਾਂ ਉਸ ਦਿਨ ਵੀ ਵੇਖਿਆ ਸੀ ਇਹ ਮੋਟਰਾਂ ਕੱਢ ਕੇ ਲਿਆ ਰਹੇ ਸੀ, ਸਬੂਤ ਮਿਟਾ ਰਹੇ ਸੀਗੇ, ਕੀ ਉਹਨਾਂ ਦੇ 201 ਦਾ ਪਰਚਾ ਨਹੀਂ ਹੋਣਾ ਚਾਹੀਦਾ ਜੀ? 201 ਦਾ ਪਰਚਾ ਹੋਵੇ। ਫਿਰ ਰਾਜਵੀਰ ਗਿੱਲ ਮੁੰਡਾ ਮਨਸੂਰਵਾਲ ਤੋਂ ਇੱਕ ਵੱਡੇ ਆਧਾਰ 'ਤੇ ਚੈਨਲ 'ਤੇ ਉਹ ਇੰਟਰਵਿਊ ਦਿੰਦਾ ਵੀ ਮੇਰੀ ਫੈਕਟਰੀ ਕਰਕੇ ਮੇਰੇ ਘਰਾਂ 'ਚ ਬਿਮਾਰੀ ਹੋਈ ਆ, ਮੈਂ ਬਿਮਾਰ ਹੋਇਆ, 4-5 ਦਿਨਾਂ ਬਾਅਦ ਉਹਦੀ ਡੈਥ ਹੋ ਜਾਂਦੀ ਆ। ਉਹਦੇ ਬਿਹੇਵ 'ਤੇ ਉਹ ਬਿਆਨ, ਉਹਦੇ ਲਾਸਟ ਬਿਆਨ ਮੰਨ ਕੇ 302 ਦਾ ਪਰਚਾ ਕਰੇ ਬਾਂਸਲ 'ਤੇ, ਸ਼ਰਾਬ ਫੈਕਟਰੀ 'ਤੇ, ਦੀਪ ਮਲਹੋਤਰੇ 'ਤੇ। ਇਹ ਤਾਂ ਕੁਛ ਕਰ ਨਹੀਂ ਰਹੇ, ਸਾਡੇ ਦੇ ਪਰਚੇ ਕਰ ਰਹੇ ਆ। ਅਸੀਂ ਜਿਹੜੇ ਪੰਜਾਬ ਦੇ ਪਾਣੀਆਂ ਵਾਸਤੇ ਲੜ ਰਹੇ ਹਾਂ, ਪੰਜਾਬ ਵਾਸਤੇ ਲੜ ਰਹੇ ਹਾਂ, ਆਪਣੀਆਂ ਆਉਣ ਵਾਲੀਆਂ ਨਸਲਾਂ ਪੀੜ੍ਹੀਆਂ ਵਾਸਤੇ ਲੜ ਰਹੇ ਹਾਂ, ਉਹਨਾਂ ਉੱਤੇ ਪਰਚੇ ਕਰ ਰਹੇ ਆ। ਜਿਹੜੀ ਇਹ ਸ਼ਰਾਬ ਫੈਕਟਰੀ ਆ, ਜਿਹੜੀਆਂ ਬਿਮਾਰੀਆਂ ਦੇ ਰੂਪ 'ਚ ਸਾਡੇ ਕਤਲ ਕੀਤੇ ਆ, ਕਤਲ ਕਰ ਰਹੀ ਆ, ਉਹਨਾਂ ਉੱਤੇ ਕੋਈ ਪਰਚਾ ਨਹੀਂ। ਤੁਹਾਡੇ ਪਿੰਡ 'ਚ ਬਾਈ ਕਿੰਨੇ ਕੁ ਪਰਚੇ ਕਰੇ ਇਹਨਾਂ ਨੇ ਕਿਸਾਨਾਂ ਦੇ? ਸਾਡੇ ਸਾਰੇ ਜਿੰਨੇ ਸੀਗੇ ਸਾਰੇ ਮੁੰਡੇ 'ਤੇ ਪਰਚੇ ਹੋਏ ਜੀ, ਜਿਹੜੇ ਧਰਨੇ 'ਤੇ ਜਾਂਦੇ? ਹਾਂਜੀ ਹਾਂਜੀ, ਸਾਰੇ ਜਾਂਦੇ। ਮੈਂ ਜਾਂਦਾ ਪੱਕਾ, ਸਾਡੇ ਬੁੜੀਆਂ 'ਤੇ ਵੀ, ਮੇਰੇ 'ਤੇ ਵੀ ਪਰਚਾ ਆ। ਤੁਹਾਡਾ ਪਰਚਾ ਹੋਇਆ? ਹਾਂਜੀ ਹਾਂਜੀ ਹੋਇਆ। ਮੇਰੇ 'ਤੇ ਪਰਚਾ ਜੀ, ਮੇਰੀ ਮਾਤਾ 'ਤੇ ਪਰਚਾ, ਆਏ ਮਤਲਬ ਇਹਨਾਂ ਨੇ ਨਾਂ ਸਾਰਿਆਂ ਦੇ। 44 ਜਣਿਆਂ ਦੇ ਪਰਚਾ ਜੀ ਸਾਡੇ। 44 ਜਣਿਆਂ? ਹਾਂਜੀ ਹਾਂਜੀ, ਜਿਹੜੇ ਧਰਨੇ ਜਾਂਦੇ ਉਹਨਾਂ ਦੇ ਪਰਚਾ ਹੀ ਆ ਬਸ। ਇਹ ਕਹਿੰਦੇ ਆ ਜੀ, ਇਹ ਨਾ ਦੱਸਾਂ ਕੀ ਚੱਕਰ ਆ ਜੀ, ਅਸੀਂ ਲਾਇਆ ਦਿੱਲੀ ਦੀ ਤਰਜ 'ਤੇ ਧਰਨਾ, ਆਹ ਜਿੱਥੋਂ ਖੜ੍ਹੇ ਹਾਂ ਅਸੀਂ, ਇੱਥੇ ਧੰਨ ਧੰਨ ਭਗਤ ਬਾਬਾ ਦੁਨੀ ਚੰਦ ਦੇ ਅਸਥਾਨ ਆ, ਇਹਦੀ ਮਹਿਮਾ ਬਹੁਤ ਆ, ਲੋਕ ਜੁੜੇ ਹੀ ਇਸੇ ਕਰਕੇ ਆ, ਗੁਰੂ ਘਰ ਕਰਕੇ ਜੁੜੇ ਆ, ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਕਰਕੇ ਜੁੜੇ ਆ। ਅਸੀਂ ਲਾਇਆ ਦਿੱਲੀ ਦੀ ਤਰਜ 'ਤੇ ਧਰਨਾ, ਉਹ ਪਰ ਮੋਦੀ ਤੋਂ ਵੀ ਟੱਪ ਗਏ, ਉਹ ਦਿੱਲੀ ਤੋਂ ਵੀ ਗਾਂਹ ਟੱਪ ਗਏ। ਇਹਨਾਂ ਨੇ ਸਾਡੇ 'ਤੇ ਬਿਜਲੀ ਚੋਰੀ ਦਾ ਪਰਚਾ ਕਰਤਾ ਜੀ, ਦੇਖੋ, ਹਾਲਾਂਕਿ ਮੀਟਰ ਇਹ ਲੱਗ ਗਏ, ਤਾਰਾਂ ਇਹ ਲੱਗ ਗਏ, ਟਰਾਂਸਫਾਰਮ ਇਹ ਲੱਗ ਗਏ, ਬਿਜਲੀ ਸਾਡੀ ਇਹ ਚਲਾ ਕੇ ਬਿਜਲੀ ਚੋਰੀ ਦਾ ਪਰਚਾ ਕਰਨਾ। ਬਿੱਲ ਭਰ ਰਹੇ ਹਾਂ ਜੀ, ਬਿੱਲ ਆਇਆ ਬਕਾਇਦਾ ਸਾਡੇ ਕੋਲ ਹੈਗਾ। ਸਰਕਾਰ ਦਾ ਤਾਂ ਬਸ ਹਾਲ ਹੋਇਆ ਪਿਆ ਮਾੜਾ, ਜਮਾਂ ਮਾੜਾ ਹੋਇਆ ਪਿਆ। ਅਸੀਂ ਉਹ ਮੇਰੇ ਘਰ ਵੇਖੋ ਜੀ, ਝੰਡਾ ਲੱਗਾ, ਪਾਟਿਆ ਪਿਆ ਝੰਡਾ ਹਾਲੇ ਤੱਕ, ਮੈਂ ਲਾਇਆ ਨਹੀਂ ਆਮ ਆਦਮੀ ਪਾਰਟੀ ਦਾ, ਅਸੀਂ ਇੰਨੀ ਜਨੂਨ ਨਾਲ ਇਹਨਾਂ ਨੂੰ ਬਣਾਇਆ ਸੀ, ਪਰ ਅਸੀਂ ਤਾਂ ਹੁਣ ਆਪ ਮਜਬੂਰ ਹੋ ਗਏ, ਮੂੰਹ 'ਤੇ ਲੱਫੜ ਮਾਰਨ ਵਾਲੇ ਵੀ, ਅਸੀਂ ਤਾਂ ਮੂੰਹ 'ਤੇ ਲੱਫੜ ਮਾਰਨ ਜੋਗੇ ਹੀ ਹੋ ਗਏ ਵੀ ਇਹਨੂੰ ਐਡੀ ਨਲਾਇਕ ਸਰਕਾਰ ਨੂੰ ਚੁਣ ਲਿਆ ਜੀ, ਅਸੀਂ ਐਡੀ ਨਲਾਇਕ ਸਰਕਾਰ ਨੂੰ, ਸਾਡੇ ਸੁਣਦੀ ਨਹੀਂ ਪਈ, ਸੁਣਵਾਈ ਹੈ ਨਹੀਂ ਪਿੰਡਾਂ ਦੇ ਲੋਕਾਂ ਦੀ, ਕਾਰਪੋਰੇਟ ਘਰਾਣੇ ਦੇ ਹੱਕ ਵਿੱਚ ਭੁਗਤ ਰਹੇ
साढ़े पिंड साढ़े शहर के पानी का बिल आता इन्हों कोई पानी का बिल नहीं इन्हों कि अनुमति दी इन्हों कि कहा भी तुम पंजाब का ग्राउंड वाटर क्ड के तुम खराब करो तो शराब बनाओ तो वह वेचो तो रैड जोन च पानी जाए सरकार को बेनती आ हाथ जोड़ के बेनती आ अपील आ थोड़े माध्यम राही पहला तो यह जी थोड़ा एडमिनिस्ट्रेशन थोड़ा प्रशासन थोड़ी ब्यूरोक्रेसी सबूत मिटा रही है उस पर नत्थ पाओ फिर तुम कमेटियां जो चाहते हो तो नोटिफिकेशन जारी करो फिर जे तुम हाँ दूजे चैलेंज हैगा पवन बांसल ना दीप मल्होत्रे आ जा आण के पानी पी कैमिकल वाला पानी जिहड़ा थोड़ी फैक्टरी कढ रही आ जिते कहेगा उत्ते खुली डिबेट आ खुली डिबेट रख लैंदे आ आ तू बैठ साडे नाल गल कर सबूत असीं देवांगे जिउंदे जागदे साडे कोल सबूत आ जिवें जिवें फैक्टरी ने पानी पाया जिवें जिवें फैक्टरी ने साडे नुकसान किते साडे कोल वीडियो प्रूफ फोटोआं सारा कुछ हैगा प्रूफ हैगे आ आनू आण के खुली डिबेट कर दी आपां भला तुहाडे चैनल ते रख लैंदे आ सारा पिंड तैयार आ डिबेट करन सारा पिंड नहीं सारा इलाका इलाका ही तैयार है जी पूरा इलाका जी आ जाओ बैठो साडे नाल बैठो जी सो एक रिपोर्ट सीगी सो सबूत आ बहुत लोग सबूत मंग रहे ने बहुत लोगों ने मैसेज भी पाए कमेंट बॉक्स च कह भी रहे हैं भी जिहड़ा रौला पै रहा है वह रौला गा जिहड़ा वह पिंडां वाले वैसे ही पा रहे हैं पर साडी ये कोशिश सी भी असी ये रिपोर्ट के जरिए जिहड़े लोग बीमार आ तुहानू होर लोगों के भी जिहड़े असी शॉर्ट दिखावांगे जिन्हां स्किन की प्रॉब्लम आ लिवर प्रॉब्लम आ कैंसर आ जिन्हां उन्हां दी जिहड़ी असी रिपोर्ट दिखाई आ ते पिंड वाले ने जिहड़ा खुला चैलेंज आ वह भी किया गा फैक्ट्री के मालकां नू भी असी डिबेट करन नू तैयार हाँ तो बहुत सारे बापू जी सुनू की होयागा ए जी खुरके तो मेरे जख्म हो गए है जी हाँ कितना टाइम हो गया 3 साल हो गया जी 3 साल हो गए हाँ जी सो तुसी देख सकते हो स्किन प्रॉब्लम लिवर ते कैंसर दी बीमारी हर चौथे पंजवें घर दे विच आ हालांकि बहुत सारे लोग ये भी कह रहे हैं भी जिहड़े पशु भी मरे ने वह भी एक पिंड दे नहीं बहुत सारे पिंड दे जां बहुत सारे किसानों के पशु भी मरे आ अगे भी असी इस जीरे मोर्चे दे नाल जुड़ी हुई हर एक खबर तुहाडे तक पहुँचाते रहेंगे तुसी अपना समा दिता जी धन्यवाद।